ਐਡਾ ਲੇਟ ਨਾ ਲਾਈ ਜੇ ਤੂੰ ਮਾੜੀ ਤੇ ਕਬੀਰ ਕਹਦਾ ਮਾਨ ਮੇਰੀ ਮਾਨੋ ਜੰਮੇ ਜਾਏਗਾ ਆ ਦਿਓ ਮੈਦਾਨ ਦੇ ਵਿੱਚ ਸਾਹਮਣੇ ਫੇਰ ਨਹੀਂ ਰੀਸਾ ਬੱਲੇ 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 ਕਰਾਤੀ ਕਾਂਗੜੇ ਵਾਲਾ ਲੰਬਾ ਨਾਲਾ ਬਈ ਚਿੱਟੇ ਰੰਗ ਦਾ ਲਗੋਟਾ ਸਾਨੂੰ ਕਾਂਗੜਾ ਹਿਮਾਚਲ ਦਾ ਬੱਬਰ ਸ਼ੇਰ ਤੇ ਦੂਸਰੇ ਪਾਸੇ ਜੱਸਾ ਪੱਟੀ ਹੈ ਵੱਖਰੇ ਨਕਾਰ ਹੈ ਵਾਹ ਜੀ ਵਾਹ ਆ ਪੁਰਾਣੇ ਖੁੰਡ ਪੁਰਾਣੇ ਪਾਪੀ ਨੇ ਨਹੀਂ ਉਹ ਰਿਸਾ ਕਹਿੰਦਾ ਰਸਮੀ ਦੀ ਜੂਰੀ ਦਾ ਬਾਪੂ ਕੁੱਟ ਬਦਾਮ ਖਵਾਉਂਦਾ ਭੈਣ ਦੁੱਧ ਪੈਂਦੀ ਏ ਇਹ ਮਾਲਿਸ਼ ਛੋਟੇ ਤੋਂ ਕਰਵਾਉਂਦਾ ਤੇ ਪੰਮਿਆਂ ਤੱਕ ਵਜਮਦਾ ਨਾ ਦੇ ਮੁੰਡਾ ਵੱਖਰੇ ਜੋਰ ਦਿਖਾਉਂਦਾ ਤੇ ਪੰਮਿਆਂ ਤੱਕ ਵਜਮਦਾ ਨਾ ਲਓ ਉਧਰ ਕੁਸ਼ਤੀ ਸ਼ੁਰੂ ਹੋਈ ਹੈ ਨੋਟ ਲੱਗਣੇ ਸ਼ੁਰੂ ਹੋ ਗਏ ਹੈ ਅਗਰ ਸੋਨੂੰ ਜੇਤੂ ਰਹਿੰਦਾ ਤਾਂ ਸਾਡੇ ਗਗਨ ਜੀ ਪ੍ਰਧਾਨ ਸਾਹਿਬ 1100 ਰੁਪਇਆ ਇਹਨਾਂ ਵੱਲੋਂ ਦਿੱਤਾ ਜਾਏਗਾ ਅਗਰ ਸੋਨੂੰ ਜਿੱਤਦਾ ਹੈ ਉਹਦੇ ਪਰਲੇ ਪਾਸੇ ਕੌਣ ਨਾਲ ਹਿੰਦੁਸਤਾਨ ਦਾ ਬੱਬਰ ਸ਼ੇਰ ਜੱਸਾ ਪੱਟੀ ਦੇਖਦੇ ਕੌਣ ਜਿੱਤਦਾ ਕੌਣ ਹਰਦਾ ਮਾਤਾ ਸਮੇਂ ਦੀ ਸਮਾਂ ਦੇ ਨਾਲ ਕਿਥੋਂ ਪਹਿਲਵਾਨ ਰਾਜਦੇ ਉੱਡਦੇ ਜਹਾਜ਼ਾਂ ਨਾਲ ਹੀ ਰੋੜੇ ਵੱਜਦੇ ਕਦੇ ਨਾ ਆਪਣਾ ਕੁੰਗਰੇ ਆਰੇ ਡਿਗਰੀ ਉਹ ਚੋਰਾ ਮੋਰੇ ਅੜਦੇ ਨਹੀਂ ਜੰਦੇ ਸੋਹਣਿਆ ਜਿਹੜੀ ਬਾਹਾਂ ਦੀਆਂ ਸ਼ਾਦੀਆਂ ਜਮੇ ਦੀ ਦਲੇਰੀ ਉਹ ਪੈਂਟਾਂ ਦੇ ਦੁੱਧ ਕਿੱਥੋਂ ਦਿੰਦੇ ਸੋਹਣਿਆ ਵਾਹ ਜੀ ਵਾਹ ਨਹੀਂ ਰੀਸਾ ਹਾਏ ਹਾਏ ਕਿੰਨੇ ਹੋ ਗਿਆ 21,000 ਤੇ 11,000 ਤੇ 5,100 ਉਧਰ ਇਹ ਤੁਹਾਡੀ ਡਿਮਾਂਡ ਤੇ ਮਾਲ ਸਾਹਿਬ ਆਏ ਜੱਸਾ ਪੱਟੀ ਸਾਹਿਬ ਧਰਮਪਾਲ ਮਾਨ ਜੀ ਦੀ ਸਪੈਸ਼ਲ ਡਿਮਾਂਡ ਸੀ ਕਿ ਇਸ ਸਿੱਧੇ ਮੇਲੇ ਦੇ ਵਿੱਚ ਜੱਸਾ ਪੱਟੀ ਪਹੁੰਚਣਾ ਚਾਹੀਦਾ ਲਾਓ ਤਾੜੀਆਂ ਖੁੱਲ ਕੇ ਹੁਣ ਫਿਰ ਜੱਸਾ ਪੱਟੀ ਵੀ ਪਹੁੰਚ ਗਿਆ ਵੀ ਜੱਸਾ ਪੱਟੀ ਉਹ ਪਹਿਲਵਾਨ ਹੈ ਜਿਹਨੇ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਬਾਹਰਲੇ ਮੁਲਕਾਂ ਵਾਲੇ ਪਹਿਲਵਾਨਾਂ ਨੂੰ ਚੇਤ ਕਰਕੇ ਆਇਆ ਵੀ ਵੱਡੇ ਪੱਧਰ ਤੇ ਗੱਲ ਹੈ ਚਾਰ ਝੰਡੀਆਂ ਦਰਸ਼ਕੋ ਅੱਜ ਉਹ ਕਰਾਤੀਆਂ ਜਿਹਨਾਂ ਦੇ ਵਾਕੇ ਅੱਜ ਹਿੰਦੁਸਤਾਨ ਦੀ ਕਰੀਮ ਹੈ ਭੋਲਾ ਕਾਸ਼ਨੀ ਨੇ ਧਾਂਚਨ ਕਰਵਾਈ ਹੈ ਸਿਕੰਦਰ ਸ਼ੇਖ ਨੇ ਧਾਂਚਨ ਕਰਵਾਈ ਹੈ ਰੂਬਲ ਖੰਨੇ ਨੇ ਧਾਂਚਨ ਕਰਵਾਈ ਹੈ ਉਧਰ ਜੁੱਧ ਜਿਹੜਾ ਮੈਦਾਨ ਦੇ ਵਿੱਚ ਆਏ ਹੋਏ ਦਰਸ਼ਕੋ ਲਾ ਦਿਓ ਤਾੜੀਆਂ ਪਟਿਆਲ ਜੀ ਬੇਸ਼ਵਜੀਤ ਪਟਿਆਲ ਜੀ 11,000 ਇਹਨਾਂ ਵੱਲੋਂ ਵੀ ਲੱਗ ਗਿਆ ਜੇ ਕੁਸ਼ਤੀ ਚ ਸੋਨੂੰ ਜਿੱਤਦਾ ਭਾਈ ਨੋਟ ਕਰ ਲਓ ਨਾਲ ਦੀ ਨਾਲ ਕਾਪੀ ਮਾਨ ਸਾਹਿਬ ਲਾਓ ਉਧਰ 3100 ਰੁਪਇਆ ਜੰਗਲ ਕਮੇਟੀ ਪੈਰਾ ਮਾਸਟਰ ਬਲਦੇਵ ਜੀ ਇਹਨਾਂ ਵੱਲੋਂ 3100 ਲੱਗ ਗਿਆ ਅਗਰ ਸੋਨੂੰ ਜਿੱਤਦਾ 1,00,000 ਬਣਾਈ ਦਿੱਤੀ ਮੈਨੂੰ ਲੱਗਦਾ ਵੀ ਹੁਣ ਉਧਰ ਸ਼ਮਸ਼ੇਰ ਅਲੀ ਜੀ 3100 ਰੁਪਇਆ ਅਗਰ ਸੋਨੂੰ ਜਿੱਤਦਾ ਭਾਈ ਨੋਟ ਕਰ ਲਓ ਕਾਪੀ ਦੇ ਮੇਰੇ ਕੱਪੜੇ ਨਾ ਪਰੋਇਓ ਮੈਂ ਤਾਂ ਇੱਕ ਥੱਪੜ ਵੀ ਨਹੀਂ ਚੱਲ ਸਕਦਾ ਫਿਰ ਇਹਨਾਂ ਦਾ ਫਿਰ ਮੌਕਾ ਝੱਲਣਾ ਵੀ ਘਾਣ ਵੱਜਦਾ ਵੱਲੋਂ ਵੀ ਪਰਚੀ ਆਈ ਹੈ 11,000 ਦੀ ਲਾਓ ਤਾੜੀਆਂ ਦਰਸ਼ਕੋ ਮੈਨੂੰ ਲੱਗਦਾ 70-75,000 ਦੇ ਉੱਪਰ ਕੁਸ਼ਤੀ ਟੱਪ ਗਈ ਹੈ ਪਰ ਮੈਨੂੰ ਜਮ੍ਹਾਂ ਕਰਾ ਦਿਓ ਸਾਰਿਆਂ ਵੀਰਾਂ ਅੱਗੇ ਬੇਨਤੀ ਹੈ ਮੇਰਾ ਤੁਸੀਂ ਛੱਡਣਾ ਕੁਛ ਨਹੀਂ ਹੋਣੀ ਫਿਰ ਹਾਂ ਵਾਹ ਜੀ ਵਾਹ ਲਾਓ ਤਾੜੀ ਦਰਸ਼ਕੋ ਜੇ ਸਵਾਦ ਆਉਂਦਾ ਲਾ ਦਿਓ ਤਾੜੀ ਤਾੜੀਆਂ ਲਾ ਦਿਓ ਉਧਰ ਧੰਨਵਾਦ ਸਾਊਂਡ ਵਾਲੇ ਭਰਾ ਦਾ ਇੱਕ ਵਾਰੀ ਸੈੱਲ ਚੈੱਕ ਕਰਦਾ ਥੋੜੀ ਜਿਹੀ ਕਸਰ ਹੈਗੀ ਹੈ 5-7 ਮਿੰਟ ਦੀ ਕਸਰ ਹੈ ਧੰਨਵਾਦ ਕਰਦੇ ਪ੍ਰਿੰਸ ਜਸਵਾਲ ਜੀ ਦਾ ਪੱਪੂ ਜੱਟ ਸਾਹਿਬ ਦਾ ਜਿਹਨਾਂ ਨੇ ਵਾਕੇ ਅੱਜ ਹਿੰਦੁਸਤਾਨ ਦੇ ਵੱਡੇ ਬੱਬਰ ਸ਼ੇਰ 8 ਮੱਲ ਜਿਹੜੇ ਵੱਡੇ ਪੁੱਜਰੇ ਕੀਤੇ ਆ
ਬਹੁਤ ਬਹੁਤ ਧੰਨਵਾਦ ਹੈ, ਬਹੁਤ ਬਹੁਤ ਧੰਨਵਾਦ। ਨਹੀਂ ਉਹ ਰਿਸ਼ਾ ਕਹਿੰਦਾ ਬੋਲ ਭੈਣ ਸ਼੍ਰੀਰਾ ਦਾ ਜਿਹਨੇ ਲਾਈਆਂ ਮੇਰ ਤਾਂ ਉੱਠ ਤੜਕੇ ਧੰਨ ਚੋਰ ਜਵਾਨਾਂ ਦਾ ਲੈ ਜਾਣ ਭਰਿਆ ਮੇਲਾ ਲੁੱਟ ਗਏ ਅੜੀਅਲ ਘੋੜੇ ਨੇ ਯਾਰ ਉਹ ਕਰ ਹੀ ਜਾਂਦੇ ਮਨਮਾਨੀ ਰਾਜੇ ਖੇਲਾ ਹੱਟ ਪਾਸੇ ਲੁੱਡੀਆਂ ਪਾਉਂਦੀ ਫਿਰੇ ਜਵਾਨੀ। ਵਾਹ ਜੀ ਵਾਹ। ਕਹਿੰਦਾ ਯਾਰ ਬਣਾ ਲੈ ਹੀਰੇ ਚੰਗੇ ਉਹ ਬੇਕਦਰਾਂ ਦੀ ਯਾਰੀ ਤੋਂ ਦੁਨੀਆਂ ਦਾ ਹਰ ਇੱਕ ਬੰਦਾ ਡਰਦਾ ਗਲ ਵਿੱਚ ਪਈ ਮੁਸੀਬਤ ਭਾਰੀ ਤੋਂ ਨਵੇਂ ਜਮਾਨੇ ਕਰੀ ਤਰੱਕੀ ਜੋ ਟਾਂਗੇ ਫੇਰ ਹੋ ਗਏ ਬਿਨਾਂ ਸਵਾਰੀ ਤੋਂ ਉਹ ਜੋੜ ਮੇਲੇ ਜਿੱਤ ਨਹੀਂ ਹੁੰਦੇ ਜਿੱਤ ਨਹੀਂ ਹੁੰਦੇ ਕਹਿੰਦਾ ਬਿਨਾਂ ਤਿਆਰੀ ਤੋਂ ਤਿਆਰੀਆਂ ਕਰਨੀਆਂ ਪੈਂਦੀਆਂ ਮਿਹਨਤਾਂ ਲਾਉਣੀਆਂ ਪੈਂਦੀਆਂ ਗੁਰੂਆਂ ਉਸਤਾਦਾਂ ਦੀਆਂ ਮਾਰਾਂ ਖਾਣੀਆਂ ਪੈਂਦੀਆਂ ਤਾਂ ਜਾ ਕੇ ਕਿਤੇ ਤੂਤੀ ਬੋਲਦੀ ਹੈ। ਕਹਿੰਦਾ ਗੁਰੂਆਂ ਉਸਤਾਦਾਂ ਦੀਆਂ ਮਾਰਾਂ ਖਾਧੀਆਂ ਨੇ ਲਿਸ਼ਕਦੀਆਂ ਫਿਰਨ ਜਵਾਨੀਆਂ ਨੇ ਪਹਿਲਵਾਨ ਵੀ ਹੁਣ ਖੁਸ਼ਹਾਲ ਹੋ ਗਏ ਛਿੰਝ ਕਮੇਟੀਆਂ ਦੀਆਂ ਮਿਹਰਬਾਨੀਆਂ ਨੇ ਨਾਗਾ ਵਾਂਗੋ ਕੁੰਮਣ ਫੜੇ ਜਾਣ ਨਾ ਸਵੇਰਾਂ ਦੇ ਤੂੰ ਬਹਿ ਕੇ ਦੇਖ ਜਵਾਨਾ ਹੱਥ ਜੁੜ ਕੇ ਬੰਬਰ ਸ਼ੇਰਾਂ ਦੇ ਬਾਕੀ ਬੰਬਰ ਸ਼ੇਰਾਂ ਦੇ ਪੇੜ ਹੈ। ਉਧਰ ਬਾਂਡੀ ਮਕੈਨਿਕ ਸਾਹਿਬ ਸਾਡੇ ਉਹਨਾਂ ਦਾ ਵੀ ਕੂੰਜਾ ਸੋ ਦਾ ਸਹਿਯੋਗ ਛਿੰਝ ਮੇਲੇ ਵਾਸਤੇ ਪੁੱਜਣਾ ਹੋਇਆ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਾਂਡੀ ਜੀ ਸਾਡੇ ਮਕੈਨਿਕ ਸਾਹਿਬ। ਵਾਹ ਜੀ ਵਾਹ। ਨਹੀਂ ਰੀਸਾ ਬੜੀ ਪਿਆਰਾ ਯੁੱਧ ਜਿਹੜਾ ਮੈਦਾਨ ਦੇ ਵਿੱਚ ਚੱਲਦਾ ਹੈ ਇੱਕ ਪਾਸੇ ਹਿੰਦੁਸਤਾਨ ਦਾ ਰੋਸਤਮ ਮੱਲ ਜੱਸਾ ਪੱਟੀ ਹੈ ਤੇ ਦੂਸਰੇ ਪਾਸੇ ਇਹ ਹੈ ਸੋਨੂ ਕਾਂਗੜੇ ਵਾਲਾ ਅਰਵਿੰਦ ਪਠਾਣੀਆ ਜੀ ਸਾਡੇ ਉਹਨਾਂ ਵੱਲੋਂ ਵੀ ਕੂੰਜਾ ਸਾਹਿਬ ਦਾ ਸਹਿਯੋਗ ਪੁੱਜਦਾ ਹੋਇਆ ਬਹੁਤ ਬਹੁਤ ਧੰਨਵਾਦ ਹੈ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਹਾਜ਼ਰੋ 1100 ਪੁੰਜੇ ਸਾਡੇ ਵੀਰ ਵੱਲੋਂ ਜੇਕਰ ਜੱਸਾ ਵੱਡੀ ਜਿੱਤਦਾ ਹੈ ਜੈਕਾਰਾ ਲੱਗਦਾ ਤਾਂ ਪੀਰ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਜੈਕਾਰਾ ਪੀਰ ਬਾਬਾ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ। ਵਾਹ ਜੀ ਵਾਹ। ਨਹੀਂ ਰੀਸਾ ਉਧਰ ਕੁਸ਼ਤੀ ਜੁੱਤ ਛਿੜਿਆ ਹੋਇਆ ਫਾਈਨਲ ਚੱਡੀ ਮੈਦਾਨ ਦੇ ਵਿੱਚ ਚੱਲਦੀ ਹੈ ਦੇਖਦੇ ਕਿਹੜਾ ਮਲ ਜਿੱਤਦਾ ਕਿਹੜਾ ਹੱਟਦਾ ਗੱਲ ਸਮੇਂ ਦੀ ਸਮਾਂ ਖਿਸਕਦਾ ਜਾਂਦਾ। ਕਹਿੰਦਾ ਖੱਚਰਾਂ ਦੇ ਲੱਗਦੇ ਨਾ ਸੱਟੇ ਮਿੱਤਰੋ ਕਹਿੰਦਾ ਖੱਚਰਾਂ ਤੇ ਲੱਗਦੇ ਨਾ ਸੱਟੇ ਮਿੱਤਰੋ ਘੋੜਿਆਂ ਤੇ ਦੌਲਤਾਂ ਲੁਟਾਈਆਂ ਜਾਂਦੀਆਂ ਮਾਨ ਨਹੀਂ ਕਰੀਦਾ ਕਦੇ ਵੱਡੇ ਹੋਣ ਦਾ ਐਵੇਂ ਨੀ ਪੀਂਘਾਂ ਦੀ ਖਜੂਰਾਂ ਉੱਤੇ ਪਈਆਂ ਜਾਂਦੀਆਂ ਐਵੇਂ ਨੀ ਪੀਂਘਾਂ ਖਜੂਰਾਂ ਉੱਤੇ ਪਈਆਂ ਜਾਂਦੀਆਂ। ਵਾਹ ਜੀ ਵਾਹ। ਹਾਏ ਹਾਏ ਹਾਜ਼ਰ ਨੇ ਪਾਸੇ ਕਹਿੰਦਾ ਹੋਇਆ ਮਾਜਾ ਦਾ ਹੈ ਨਾ ਮੰਡਾ ਦਰਮਿਆਨ ਹੈ। ਵਾਹ ਵੀ ਵਾਹ। ਹਾਏ 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 ਬੱਲੇ ਸ਼ਾਬਾ ਵੀ ਸ਼ਾਬਾ ਹਾਲਾ ਸ਼ਰੀ ਦੇ ਨਾਲ ਹੈ ਸ਼ਾਬਾਸ਼ ਸ਼ਾਬਾਸ਼ ਸ਼ਾਬਾਸ਼। ਬੜੀ ਪਿਆਰੀ ਕੁਸ਼ਤੀ ਚੱਲਦੀ ਮੈਦਾਨ ਦੇ ਵਿੱਚ ਜਿੱਤ ਹਾਰ ਮੁਕੱਦਰਾਂ ਦਾ ਖੇਡ ਹੈ। ਕਹਿੰਦਾ ਘਗਰੀ ਪੁਆਈ ਨੇ ਜੇ ਬੁਰੇ ਸਮੇਂ ਤੇ ਉਹ ਫਾਇਦਾ ਕੀ ਹੈ ਦੁਨੀਆਂ ਤੇ ਆਏ ਦਾ। ਕਹਿੰਦਾ ਲੇਟਰ ਨਾ ਲਾਈ ਜੇ ਤੂੰ ਮਾੜੀ ਤੇ ਕਦੀਰ ਕਹਿੰਦਾ ਮਾਨ ਮੇਰੀ ਮਾਨੋ ਜੰਮੇ ਜਾਏਗਾ ਨਾਨਕ ਦਾ ਲੇਖ ਲੱਗ ਜੁੱਤੇ ਬਸ ਕੇ ਮਨੀ ਇੱਥੇ ਸਾਰੀ ਹੀ ਦੁਨੀਆਂ ਡਰਾਮੇ ਕਰਦੀ ਲੱਕ ਤੋੜਨਾ ਪੈਂਦਾ ਮਾੜੇ ਸਮੇਂ ਦਾ ਫੇਰ ਜਾ ਕੇ ਦੁਨੀਆਂ ਸਲਾਮਾ ਕਰਦੀ ਫੇਰ ਜਾ ਕੇ ਦੁਨੀਆਂ ਸਲਾਮਾ ਕਰਦੀ। ਵਾਹ ਜੀ ਵਾਹ। ਉੱਪਰਲੇ ਪਾਸੇ ਕੌਣ ਆਇਆ ਜੱਸਾ ਪੱਟੀ ਹੇਠਲੇ ਪਾਸੇ ਕੌਣ ਆਇਆ ਸੋਨੂ ਕਾਂਗੜੇ ਵਾਲਾ ਲੰਬਾ ਨਾਲਾ ਕਹਿੰਦਾ ਕਿ ਮੁੜਕੋ ਮੁੜਕੀ ਹੋ ਗਿਆ ਯਾਰ ਜੋ ਜਮਾਨਾ ਦਾ ਕੰਡਾ ਬਿਨਾ ਚੁੱਪੇ ਜਿਸਮ ਕਠੋਰ ਚੋਪੜਾਂ ਦਾ ਚੜੀ ਜਵਾਨੀ ਲਲਕਾਰੇ ਤਾਂ ਵੱਜਦੇ ਤੇ ਰਾਜੇ ਖੇਡੇ ਮਰਦ ਮਦਾਨੋ ਡਰ ਕੇ ਨਹੀਂ ਭੱਜਦੇ ਤੇ ਰਾਜੇ ਖੇਡੇ ਮਰਦ ਮਦਾਨੋ ਕਦੇ ਡਰ ਕੇ ਨਹੀਂ ਭੱਜਦੇ। ਵਾਹ ਵੀ ਵਾਹ। ਨਹੀਂ ਉਹ ਰਿਸ਼ਤਾ ਸ਼ਾਮਾ ਵੀ ਸ਼ਾਮਾ।
ਹੱਲਾ ਸ਼ੇਰੀ ਦੇ ਨਾਲ ਲੈਵੀਨ ਹੋ ਜਾਂਦੇ ਲਓ ਇਹ ਸਮੇਂ ਧੋਣ ਦੇ ਉੱਤੇ ਰੱਖਿਆ ਹੋਇਆ ਗੋਡਾ ਡਾ ਲਾਉਣ ਦੀ ਕੋਸ਼ਿਸ਼ ਕਰਦਾ ਹੈ ਕੀ ਬੰਦਾ ਕਿ ਜਿੰਦਾ ਬਾਟਾ ਜਿਹੜੀਆਂ ਕਹਿੰਦਾ ਚੜ੍ਹਦੀ ਜਵਾਨੀ ਦਾ ਨੀ ਮਾਨ ਕਰੀਦਾ ਸੱਪਾਂ ਦੀਆਂ ਸੀਰੀਆਂ ਤੇ ਨੀ ਪੈਰ ਧਰੀਦਾ ਹੁੰਦੇ ਨੇ ਬਗਾਨੇ ਪੁੱਤ ਪਰੇ ਤੋਂ ਪਰੇ ਤੇ ਸਾਡੇ ਬਾਰੇ ਦਿਲ ਵਿੱਚ ਰੱਖੀ ਨਾ ਭਲੇਖਾ ਚੇਅਰਮੈਨ ਸਾਹਿਬ ਰੋਲ ਦਿੰਦੇ ਇੱਥੇ ਅਸੀਂ ਖਰੇ ਤੋਂ ਖਰੇ ਵਾਕੇ ਅੱਜ ਆ ਰੋਲਣ ਵਾਲੀ ਗੱਲ ਹੈ ਦੇਖਦੇ ਕੌਣ ਜਿੱਤਦਾ ਕੌਣ ਹਰਦਾ ਵਾਕੇ ਹਿੰਦੁਸਤਾਨ ਉੱਧਰ ਭਾਵੇਂ ਕਿਸੇ ਸਟੇਟ ਦੀ ਗੱਲ ਕਰੀਏ ਮਹਾਰਾਸ਼ਟਰ ਜਾ ਕੇ ਵੀ ਨੌਜਵਾਨ ਨੇ ਕੇਰਲ ਭਗਤ ਨੂੰ ਚਿੰਤ ਕੀਤਾ ਸੀਗਾ ਲਾਓ ਤਾੜੀ ਇਹ ਬੋਲਦਾ ਵਾਕੇ ਜੋਧਾ ਕਹਿੰਦਾ ਆਲ ਦਿਓ ਮੈਦਾਨ ਦੇ ਵਿੱਚ ਸਾਹਮਣੇ ਫੇਰ ਨਹੀਂ ਰੀਸਾਂ ਬੱਲੇ 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 ਕਰਾਤੀ ਹੈ ਬੱਲੇ ਬੱਲੇ ਕਰਾਤੀ ਹੈ ਨਹੀਂ ਰੀਸਾਂ ਜਿਹੜਾ ਜਿੱਤ ਪ੍ਰਾਪਤ ਕਰ ਗਿਆ ਜੱਸਾ ਪੱਟੀ।